110 ਫੁੱਟ ਉਚਾਈ ਤੇ ਫਸਿਆ ਸੇਵਾਦਾਰ। ਨਿਸ਼ਾਨ ਸਾਹਿਬ ਚੜਾਉਂਦਿਆਂ ਰੁਕ ਗਈ ਮਸ਼ੀਨ, ਮੰਗਵਾਉਣੀ ਪੈ ਗਈ ਕਰੇਨ। ਗੁਰੂ ਘਰ ਦੇ ਵਿੱਚ ਉਦੋਂ ਹਫੜਾ ਦਫੜੀ ਮੱਚ ਗਈ ਜਦੋਂ ਇੱਕ ਸੇਵਾਦਾਰ ਨਿਸ਼ਾਨ ਸਾਹਿਬ ਚੜਾਉਂਦਿਆਂ ਹੋਇਆਂ 110 ਫੁੱਟ ਦੀ ਉਚਾਈ ਤੇ ਹੀ ਫਸ ਗਿਆ, ਕਿਉਂਕਿ ਨਿਸ਼ਾਨ ਸਾਹਿਬ ਦੀ ਸੇਵਾ ਕਰਦਿਆਂ ਹੋਇਆਂ ਮਸ਼ੀਨ ਦੇ ਵਿੱਚ ਖਰਾਬੀ ਆ ਗਈ ਅਤੇ ਲੀਵਰ ਉੱਥੇ ਹੀ ਖੜ ਗਿਆ, ਜਿਸ ਕਰਕੇ ਜੋ ਸੇਵਾਦਾਰ ਨਿਸ਼ਾਨ ਸਾਹਿਬ ਦੀ ਸੇਵਾ ਕਰ ਰਹੇ ਸੀ, ਚੜ੍ਹਾ ਰਹੇ ਸੀ, ਤਾਂ ਉੱਪਰ 110 ਫੁੱਟ ਦੀ ਉਚਾਈ ਤੇ ਹੀ ਫਸ ਗਏ। ਕਰੀਬ 3 ਘੰਟੇ ਤੱਕ ਇਹ ਸੇਵਾਦਾਰ ਇਸੇ ਤਰ੍ਹਾਂ ਉਚਾਈ ਦੇ ਉੱਤੇ ਫਸੇ ਰਹੇ ਨੇ, ਜਿਨ੍ਹਾਂ ਨੂੰ ਕਰੇਨ ਦੀ ਮਦਦ ਦੇ ਨਾਲ ਬਾਅਦ ਵਿੱਚ ਹੇਠਾਂ ਉਤਾਰਿਆ ਗਿਆ। ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਵੀਡੀਓ 'ਚ ਦੇਖੋ ਕਿ ਕਿਸ ਤਰ੍ਹਾਂ ਨਿਸ਼ਾਨ ਸਾਹਿਬ ਦੀ ਸੇਵਾ ਕਰਦਿਆਂ ਹੋਇਆਂ ਇਸ ਸੇਵਾਦਾਰ ਉੱਪਰ, ਜੋ ਕਿ 110 ਫੁੱਟ ਉਚਾਈ ਦੱਸੀ ਜਾ ਰਹੀ ਹੈ, ਉੱਥੇ ਫਸਿਆ ਹੋਇਆ ਹੈ ਅਤੇ ਉਹਨਾਂ ਨੂੰ ਥੱਲੇ ਉਤਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੀਵਰ ਨੂੰ ਠੀਕ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ, ਪਰ ਜਦੋਂ ਮਸ਼ੀਨ 'ਚ ਖਰਾਬੀ ਦੇ ਕਾਰਨ ਉਹ ਨਹੀਂ ਚੱਲੀ, ਤਾਂ ਫਿਰ ਕਰੇਨ ਬੁਲਾਉਣੀ ਪਈ ਅਤੇ ਕਰੇਨ ਦੀ ਮਦਦ ਦੇ ਨਾਲ ਸੇਵਾਦਾਰ ਨੂੰ ਹੇਠਾਂ ਉਤਾਰਿਆ ਗਿਆ ਹੈ। ਤਸਵੀਰਾਂ ਕੁਰੂਕਸ਼ੇਤਰ ਦੇ ਸ਼ਾਹਬਾਦ ਮੰਜੀ ਸਾਹਿਬ ਗੁਰਦੁਆਰਾ ਦੀਆਂ ਨੇ, ਜਿੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਨਿਸ਼ਾਨ ਸਾਹਿਬ ਚੜ੍ਹਾਉਣ ਦੀ ਸੇਵਾ ਕੀਤੀ ਜਾ ਰਹੀ ਸੀ, ਤਾਂ ਇਸੇ ਦੌਰਾਨ ਜਦੋਂ ਇਹ ਸੇਵਾਦਾਰ ਨਿਸ਼ਾਨ ਸਾਹਿਬ ਨੂੰ ਉਤਾਰਦੇ ਹੋਏ ਉੱਪਰ ਪਹੁੰਚੇ 110 ਫੁੱਟ ਦੀ ਉਚਾਈ ਤੇ, ਤਾਂ ਉੱਥੇ ਹੀ ਲੀਵਰ ਦੀ ਤਾਰ ਦੱਸੀ ਜਾ ਰਹੀ ਹੈ ਜੋ ਫਿਰਕੇ ਦੇ ਉੱਪਰ ਹੀ ਚੜ੍ਹ ਗਈ, ਜਿਸ ਕਰਕੇ ਮਸ਼ੀਨ ਨੂੰ ਚਲਾਇਆ ਨਹੀਂ ਜਾ ਸਕਿਆ। ਕੋਸ਼ਿਸ਼ ਕੀਤੀ ਗਈ ਮਸ਼ੀਨ ਨੂੰ ਠੀਕ ਕਰਨ ਦੀ, ਪਰ ਜਦੋਂ ਮਸ਼ੀਨ ਠੀਕ ਨਾ ਹੋਈ 3 ਘੰਟੇ ਲੱਗ ਗਏ, ਤਾਂ ਫਿਰ ਕਰੇਨ ਬੁਲਾ ਕੇ ਸੇਵਾਦਾਰ ਨੂੰ ਹੇਠਾਂ ਉਤਾਰਿਆ ਗਿਆ ਹੈ। ਤਸਵੀਰਾਂ ਵੀ ਸਾਹਮਣੇ ਆਈਆਂ ਕਿ ਕਿਵੇਂ ਉਚਾਈ ਤੇ ਫਸੇ ਹੋਏ ਸੇਵਾਦਾਰ ਨੂੰ ਕਰੇਨ ਦੀ ਮਦਦ ਦੇ ਨਾਲ ਉਤਾਰਿਆ ਗਿਆ ਹੈ, ਹੇਠਾਂ ਲਿਆਂਦਾ ਗਿਆ ਹੈ, ਤੇ ਬਾਅਦ ਵਿੱਚ ਸੇਵਾਦਾਰ ਦਾ ਇਹ ਕਹਿਣਾ ਸੀ ਕਿ ਉਸਨੂੰ ਕੋਈ ਵੀ ਡਰ ਜਾਂ ਕੋਈ ਵੀ ਖੌਫ ਨਹੀਂ ਲੱਗਿਆ, ਬਲਕਿ ਉਹ ਮੁੜ ਤੋਂ ਨਿਸ਼ਾਨ ਸਾਹਿਬ ਦੀ ਸੇਵਾ ਕਰਨਗੇ। ਮਸ਼ੀਨ ਨੂੰ ਠੀਕ ਕਰਨ ਤੋਂ ਬਾਅਦ ਮੁੜ ਤੋਂ ਨਿਸ਼ਾਨ ਸਾਹਿਬ ਚੜ੍ਹਾਇਆ ਜਾਏਗਾ। 8:30 ਹੋ ਗਏ, ਲਗਭਗ 100 ਫੁੱਟ ਦੀ ਉਚਾਈ ਤੇ ਸੀਗੇ, 110 ਫੁੱਟ ਦੀ ਉਚਾਈ ਤੇ, ਔਰ ਗਰਮੀ ਸੀ ਉੱਪਰ ਬਹੁਤ ਜ਼ਿਆਦਾ, ਜਾਂ ਪਰੇਸ਼ਾਨ ਕੋਈ ਦਿਲ ਨੂੰ ਕੋਈ ਡਰ ਕੋਈ ਇਸ ਕਿਸੇ ਤਰ੍ਹਾਂ ਤੇ ਉੱਪਰ ਜਾਪ ਕਰਦੇ ਆ। ਅੱਛਾ, ਕਰਦੇ ਆ, ਔਰ ਹੁਣ ਦੁਬਾਰਾ ਨਿਸ਼ਾਨ ਸਾਹਿਬ ਦੀ ਸੇਵਾ ਫਿਰ ਕੀਤੀ ਜਾਏਗੀ, ਉਹ ਮਸ਼ੀਨ ਗਰਾਂਡੀ ਠੀਕ ਆ। ਬਿਲਕੁਲ, ਪਿੱਛੇ ਥੋੜੀ ਆ। ਠੀਕ, ਕਿਨ ਕੀ ਨਾਮ ਹੈ ਤੁਹਾਡਾ? ਅਮਰੀਕ ਸਿੰਘ ਕਲਸਾਣਾ।